ਚੰਡੀਗੜ੍ਹ ਦੇ ਨਾਲ ਲੱਗਦੇ ਨਯਾ ਗਾਓਂ ਦੇ ਵਿੱਚ ਇੱਕ ਦਿਨ ਦਿਹਾੜੇ ਜਿਹੜੀ ਗੁੰਡਾਗਰਦੀ ਹੈ ਉਹ ਵੇਖਣ ਨੂੰ ਮਿਲੀ ਹੈ। ਦੋ ਜਿਹੜੇ ਗੁਰਪ੍ਰੀਤ ਤੇ ਗੁਰਦੀਪ ਉਹਨਾਂ ਨੂੰ ਕਾਫੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਹਾਲਾਂਕਿ ਉਹ ਕੌਣ ਸੀਗੇ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਲੇਕਿਨ ਇਹ ਹਸਪੀਟਲ ਐਡਮਿਟ ਨੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਦੇ ਐਲੀਗੇਸ਼ਨ ਲਾਇਆ ਕਿ 10 ਤੋਂ 12 ਮੁੰਡੇ ਉੱਥੇ ਆਉਂਦੇ ਆ ਤੇ ਕੁੱਟਮਾਰ ਕਰਦੇ ਆ ਕਾਫੀ ਗੰਡਾਸੇ ਤਲਵਾਰੇ ਦੇ ਨਾਲ ਇਹਨਾਂ ਤੇ ਸਰ ਤੇ ਵਾਰ ਕੀਤਾ ਜਾਂਦਾ। ਹਾਲਾਂਕਿ ਇਹ ਹਸਪੀਟਲ ਐਡਮਿਟ ਹੈ, ਉਹਨਾਂ ਦਾ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਮੈਡਮ ਇਹ ਕਿੰਨੇ ਕੁ ਵਜੇ ਦੀ ਘਟਨਾ ਹੈਗੀ ਹੈ ਤੇ ਨਯਾ ਗਾਓਂ ਦੀ? ਇਹ 2 ਵਜੇ ਦੀ ਹੈ ਜੀ। ਅੱਛਾ, 2 ਤੋਂ 2:30। ਹਾਂਜੀ, ਠੀਕ ਹੈ। ਹਾਂਜੀ, ਤਾਂ ਹੋਇਆ ਕੀ ਸੀ, ਕਿੰਨੇ ਕੁ ਮੁੰਡੇ ਸੀਗੇ ਜੀ? ਇਹ ਜੀ ਸਾਨੂੰ ਜਿਵੇਂ ਅਸੀਂ ਤਾਂ ਫਿਰ ਫੁਟੇਜ ਤੋਂ ਕਢਾਇਆ ਹੈ ਨਾ, ਸਾਨੂੰ ਤਾਂ ਲੋਕਾਂ ਨੇ ਦੱਸਿਆ ਕਿ ਤੁਹਾਡੇ ਬੇਟੇ ਨੂੰ ਉਹ ਮਾਰ ਕੇ ਸਿੱਟ ਗਏ, ਕੋਈ ਪਤਾ ਨਹੀਂ ਕੌਣ ਰੱਬ ਦਾ ਜੀ ਜਿਹੜਾ ਇਹਨਾਂ ਨੂੰ 16 ਸੈਕਟਰ ਲੈ ਗਿਆ। ਜਦ ਨੂੰ ਅਸੀਂ ਪਹੁੰਚਦੇ ਹਾਂ ਤਾਂ ਇਹਨਾਂ ਦੇ ਇੰਨਾ ਖੂਨ ਵਿਆ ਹੋਇਆ ਸੀ, ਬਹੁਤ ਜ਼ਿਆਦਾ, ਤੇ 16 ਵਾਲਿਆਂ ਨੇ ਸਾਨੂੰ ਕਿਹਾ ਭਾਈ ਤੁਸੀਂ ਪੁਲਿਸ ਕਾਰਵਾਈ ਕਰਨੀ ਚਾਹੁੰਦੇ ਆ? ਅਸੀਂ ਕਿਹਾ ਹਾਂਜੀ, ਜਾਂ ਸਾਡੇ ਬੱਚੇ ਇੰਨੇ ਵੱਡੇ ਟੁੱਕੇ ਗਏ ਹੈ ਨਾ, ਅਸੀਂ ਪੁਲਿਸ ਕਾਰਵਾਈ ਕਰਾਂਗੇ। ਫਿਰ ਉਹ ਕਹਿੰਦੇ ਵੀ ਤੁਸੀਂ ਖਰੜ ਜਾਂ ਮੋਹਾਲੀ ਜਾਓ। ਫਿਰ ਅਸੀਂ ਇਹਨਾਂ ਨੂੰ ਖਰੜ ਲੈ ਕੇ ਆਏ, ਇਹਨਾਂ ਦੇ ਟਾਂਕੇ ਲਵਾਏ, ਸਾਰਾ ਕੁਝ ਹੋਇਆ। ਤੇ ਖਰੜ ਤੋਂ ਸਾਨੂੰ ਰਾਤ ਨੂੰ ਘਰ ਭੇਜਤਾ, ਇੱਕ ਸਾਨੂੰ ਪਰਚਾ ਦੇਤਾ ਵੀ ਇਹ ਪੁਲਿਸ ਕੋਲ ਲੈ ਜਾਓ। ਅਸੀਂ ਪੁਲਿਸ ਕੋਲ ਲੈ ਕੇ ਜਾਂਦੇ ਹਾਂ, ਉਹ ਸਾਨੂੰ ਅੱਗਿਓਂ ਕਹਿੰਦੇ ਜੀ ਡਿਸਚਾਰਜ ਪੇਪਰ ਨਹੀਂ ਜੀ, ਉਹ ਬਹੁਤ ਮਤਲਬ ਲਾਰਾ ਲੱਪਾ ਲਾ ਕੇ ਸਾਨੂੰ ਘਰ ਭੇਜ ਦਿੱਤਾ। ਕਾਰਨ ਕੀ ਰਿਹਾ ਕਿ ਇੰਨੀ ਕੁੱਟਮਾਰ ਕੀਤੀ? ਇਹਨਾਂ ਨੇ ਕੋਈ ਗੱਲਬਾਤ ਕੀਤੀ ਸੀ ਜਾਂ ਕਿਸੇ ਤਰ੍ਹਾਂ ਦੀ ਕੋਈ ਰੰਜਿਸ਼ ਸੀ? ਇਹ ਰੰਜਿਸ਼ ਦਾ ਜੀ ਮੈਨੂੰ ਕੋਈ ਪਤਾ ਨਹੀਂ, ਕਿਉਂਕਿ ਇਹ ਬੱਚਿਆਂ ਦੀ ਹੈ, ਮੈਂ ਕੁਛ ਨਹੀਂ ਬੋਲ ਸਕਦੀ ਇਸ ਬਾਰੇ ਕੀ ਹੈ ਕੀ ਨਹੀਂ, ਮੈਨੂੰ ਇਸ ਬਾਰੇ ਕੋਈ ਨਹੀਂ ਪਤਾ। ਬੱਚੇ ਹਜੇ ਸਾਡੇ ਇੰਨੇ ਡਰੇ ਹੋਏ ਆ ਵੀ ਇਹ ਕੁਛ ਕਹਿ ਨਹੀਂ ਸਕਦੇ, ਔਰ ਨਾ ਹੀ ਅਸੀਂ ਇਹਨਾਂ ਦੇ ਦਿਮਾਗ ਤੇ ਕੋਈ ਵਜਨ ਦੇਣਾ ਚਾਹੁੰਦੇ ਹਾਂ। ਕਿਉਂਕਿ ਜਿਹੜਾ ਗੁਰਜੀਤ ਆ ਉਹ ਤਾਂ ਰਾਤ ਨੂੰ ਡਰ ਕੇ ਵੀ ਕਹਿੰਦਾ ਕਿ ਮੈਨੂੰ ਮਾਰਨ ਆ ਗਏ, ਮਾਰਨ ਆ ਗਏ। ਤੇ ਇਹ ਗੁਰਪ੍ਰੀਤ ਵੀ ਜਦ ਬੋਲਣ ਲੱਗਦਾ ਤਾਂ ਫਿਰ ਬੋਲੀ ਹੋਈ ਜਾਂਦਾ। ਸਰ ਤੇ ਸਰ ਤੇ ਵੱਜੀਆਂ? ਹਾਂਜੀ, ਸਿਰ ਚ ਵੱਜੀਆਂ ਨੇ, ਉਹਦੇ ਤਾਂ ਬਿਲਕੁਲ ਬ੍ਰੇਨ ਦੇ ਨੇੜੇ ਆ, ਬਿਲਕੁਲ ਬ੍ਰੇਨ ਦੇ। ਠੀਕ ਹੈ, ਤੁਸੀਂ ਦੱਸੋਗੇ ਕੁਛ ਕੀ ਹੋਇਆ ਕੀ ਸੀ? ਮੈਂ ਤਾਂ ਉਨਕੇ ਸਾਥ ਥਾ ਨਹੀਂ, ਪਰ ਮੇਰੇ ਕੋ ਬਤਾਇਆ ਇਹਨਾਂ ਨੇ, ਸਾਥ ਵਾਲੋਂ ਨੇ, ਯੇ ਬਾਈਕ ਸੇ ਜਾ ਰਹੇ ਥੇ, ਕਿਸੀ ਨੇ ਬਤਾਇਆ ਕਿ ਇਹ ਯਹਾਂ ਪੇ ਹੈ। ਏਕਦਮ ਹੀ ਝੁੰਡ ਆਇਆ ਔਰ ਇਨਕੋ ਪਕੜਾ ਔਰ ਇਨਕੇ ਮਾਰਨੇ ਲੱਗ ਗਿਆ, ਮਤਲਬ ਗੰਡਾਸੇ ਵਗੈਰਾ ਮਾਰੇ, ਔਰ ਮਾਰਨੇ ਕੇ ਬਾਅਦ ਮਤਲਬ ਉਨਕੇ ਪਾਸ ਬੁਲਟ ਥੀ, ਮਾਰਨੇ ਬਾਅਦ ਇਨਕੇ ਸਾਹਮਣੇ 8-9 ਪਟਾਕੇ ਮਾਰੇ ਬੁਲਟ ਸੇ, ਔਰ ਫਿਰ ਸਭ ਚਲ ਗਏ। ਫਿਰ ਕਿਸੀ ਨੇ ਇਨਕੋ ਕਾਰ ਮੇਂ ਬਿਠਾਇਆ। ਫਿਰ ਕਿੰਨੇ ਲੋਕ? ਇਹ ਟੋਟਲ ਵੀਡੀਓ ਮੇਂ 12 ਲੋਕ ਹੈ, ਵੀਡੀਓ ਮੇਂ ਦਿਖ ਰਹੇ 12 ਲੋਕ ਥੇ, ਪਹਿਲੇ 6 ਆਏ ਫਿਰ ਬਾਕੀ ਆਦੇ ਆ, 3 ਬਾਅਦ ਮੈਂ। ਇਹ ਕਿੰਨੇ ਥੇ? ਇਹ ਸਿਰਫ 3 ਲੋਕ ਥੇ। 3 ਲੋਕ? ਹਾਂਜੀ। ਤੀਸਰਾ ਵੀ? ਤੀਸਰੇ ਕੋ ਵੀ ਮਾਰ ਕੇ? ਤੀਸਰੇ ਕੇ ਜ਼ਿਆਦਾ ਨਹੀਂ ਲਗੀ, ਉਹ ਸਿਰਫ ਡਿਫੈਂਸ ਕਰ ਰਹਾ ਥਾ, ਉਹ ਭਾਗ ਗਿਆ ਥਾ ਆਪਣੀ ਜਾਨ ਬਚਾ ਕੇ। ਇਨ ਦੋ ਕੋ ਜ਼ਿਆਦਾ ਲਗੀ। ਪਹਿਲੇ ਵੀ ਕੋਈ ਕਿਸ ਤਰ੍ਹਾਂ ਕੀ ਰੰਜਿਸ਼ ਜਾਂ ਕਿਸੇ ਤਰ੍ਹਾਂ ਸੇ ਕੋਈ? ਪਹਿਲੇ ਕੋਈ ਐਸੀ ਰੰਜਿਸ਼ ਵਗੈਰਾ ਨਹੀਂ ਥੀ ਕਿ ਹਮਾਰੀ ਕੋਈ ਦੁਸ਼ਮਣੀ ਚੱਲ ਰਹੀ ਹੈ ਕਿ ਐਸਾ ਕੋਈ ਨਹੀਂ ਥਾ। ਨੋਰਮਲ ਹਮ ਸਭ ਐਸੇ ਖੇਲਤੇ ਵੇਲਤੇ ਥੇ ਜਾਂ ਕਈ ਖਾਤੇ ਪੀਤੇ ਥੇ, ਯੇ ਤੋ ਆਪਣਾ ਇੰਜੋਏਮੈਂਟ ਕਰ ਰਹੇ ਥੇ ਕਿ ਹਾਂ ਅਚਾਨਕ ਸੇ ਬੰਦੇ ਆਏ ਪਿੱਛੇ ਦੇ, ਪੂਰਾ ਪਲਾਨ ਬਣਾ ਕੇ ਆਏ, ਕਿਉਂਕਿ ਏਕਦਮ ਸੇ ਨਾ ਕੋਈ ਹਥਿਆਰ ਆਤੇ ਹੈ ਨਾ ਹੀ ਕੋਈ ਬੰਦੇ ਆਤੇ ਹੈ, ਕਮ ਸੇ ਕਮ 10-12 ਬੰਦੇ ਆਏ ਔਰ ਇਨਕੇ ਉੱਪਰ ਪੂਰਾ ਹਮਲਾ। ਕੋਈ ਤੋਂ ਬਾਤ ਹੋਈ ਹੋਗੀ ਜਾਂ ਕਿਸੇ ਤਰ੍ਹਾਂ ਸੇ ਕੋਈ ਪੁਰਾਣੀ ਰੰਜਿਸ਼ ਹੋ ਗਈ? ਇਤਨਾ ਕੋਈ ਪਤਾ ਵੀ ਨਹੀਂ ਹੈ ਕਿਉਂਕਿ ਹਮ ਵੀ ਨਹੀਂ ਥੇ ਸਾਥ ਮੇਂ ਕਿ ਬਾਤ ਕਿਆ ਹੋਈ ਹੈ ਕਿਆ ਨਹੀਂ ਹੋਈ ਹੈ, ਬਟ ਇਤਨਾ ਪਤਾ ਹੈ ਕਿ ਜੋ ਪਹਿਲੇ 2 ਬਾਈਕ ਮੇਂ ਆਏ ਥੇ ਉਹਨਾਂ ਨੇ ਇਨਕੇ ਸਾਥ ਕੁਛ ਬਾਤਚੀਤ ਕਰੀ, ਕੋਈ ਇਨਕੋ ਸ਼ਾਇਦ ਗਲਤ ਬੋਲਾ ਹੋਗਾ, ਤੋ ਵੋ ਉਠਾ ਇਸਕੇ ਹੈਲਮਟ ਦੀਆ ਪਹਿਲੇ ਤੋਂ, ਫਿਰ ਇਤਨੇ ਮੇਂ ਪਿੱਛੇ ਦੇ ਬਾਈਕ ਵਾਲੇ ਆਏ, ਬਾਈਕ ਵਾਲੋ ਨੇ ਆਏ ਔਰ ਇਸਕੇ ਸਿਰ ਮੇਂ ਪਹਿਲੇ ਤੋਂ ਮਾਰਾ ਦਾਤ ਜੋ ਹੋਤਾ ਹੈ, ਫਿਰ ਉਸਕੇ ਵੀ ਮਾਰਾ, ਉਸਕੇ ਵੀਡੀਓ ਮੇਂ ਪੂਰਾ ਸਭ ਪਤਾ ਚੱਲ ਰਿਹਾ ਹੈ ਕਿ ਕਿਸ ਕਿਸ ਨੇ ਮਾਰਾ ਹੈ। ਤਾਂ ਬਿਲਕੁਲ, ਹਾਲਾਂਕਿ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਕੌਣ ਲੋਕ ਸੀਗੇ, ਆਊਟਸਾਈਡਰ ਸੀਗੇ ਜਾਂ ਕਿ ਕੌਣ ਕਿੱਥੇ ਦੇ ਸੀਗੇ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਤਾਂ ਕੀਤੀ ਜਾ ਰਹੀ, ਲੇਕਿਨ ਇਹਦੇ ਕਾਫੀ ਸਰ ਤੇ ਸੱਟਾਂ ਵੱਜੀਆਂ ਔਰ ਉਸ ਮੁੰਡੇ ਦੀ ਵੀ ਕਾਫੀ ਸਰ ਤੇ ਸੱਟਾਂ ਵੱਜੀਆਂ। ਹੁਣ ਪੁਲਿਸ ਤਾਂ ਬੜੇ ਬੜੇ ਕੱਟ ਨੇ ਕਾਫੀ,
ਤਿੰਨ ਜਗ੍ਹਾ ਨੇ ਜੀ, ਦੋ ਪਤਾ ਨੀ, ਤਿੰਨ ਮੈਂ ਤਾਂ ਦੇਖ ਨੀ ਸਕਦੀ ਕਿਉਂਕਿ ਇਹ ਤਾਂ ਜੇ ਬਹਿੰਦਾ ਇਹਨੂੰ ਬਹੁਤ ਘਬਰਾਹਟ ਹੁੰਦੀ ਹੈ, ਬਹੁਤ ਜ਼ਿਆਦਾ ਘਬਰਾਹਟ ਹੁੰਦੀ ਹੈ ਬੱਚੇ ਨੂੰ। ਹਾਂਜੀ ਕਰਦੇ ਕੀ? ਇਹ ਪੜ੍ਹਦਾ ਹੈ ਜੀ, ਉਹ ਆਪਣੇ ਪਾਪਾ ਨਾਲ ਕੰਮ ਕਰਾਉਂਦਾ ਜਿਵੇਂ ਜੋ ਵੀ ਆਪਣਾ ਹੈਗਾ। ਹਾਂਜੀ ਤਾਂ ਬਿਲਕੁਲ, ਹਾਲਾਂਕਿ ਹੁਣ ਇਹਨਾਂ ਦੀ ਕਾਫੀ ਸੱਟਾ ਵੱਜੀ ਹੋਈ ਹੈ, ਹਾਲਾਂਕਿ ਇਲਾਜ ਇਹਨਾਂ ਦਾ ਚੱਲ ਰਿਹਾ, ਖਰੜ ਹਸਪਤਾਲ ਦੇ ਵਿੱਚ ਇਲਾਜ ਇਹਨਾਂ ਦਾ ਚੱਲ ਰਿਹਾ। ਹੁਣ ਕੌਣ ਸੀਗੇ, ਕਿਸ ਤਰ੍ਹਾਂ ਦੀ ਰੰਜਿਸ਼ ਸੀਗੀ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ।